ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਅਤੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੁੰਦੜ ਨੇ ਮੰਡੀਆਂ ਦਾ ਦੌਰਾ ਕੀਤਾ ਅਤੇ ਉਹਨਾਂ ਕਿਹਾ ਕਿ ਇੱਕ ਹਫ਼ਤੇ ਤੋਂ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਕੋਈ ਪਰਵਾਹ ਨਹੀਂ ਕਿਸਾਨਾਂ ਦੀ। ਮੰਡੀ ਵਿੱਚ ਕੋਈ ਬਾਰਦਾਨਾ ਨਹੀਂ ਹੈ ਅਤੇ ਨਾ ਹੀ ਕੋਈ ਲਿਫਟਿੰਗ ਹੋ ਰਹੀ ਹੈ। ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ। ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ। ਇਸ ਮੌਕੇ ਉਹਨਾਂ ਨਾਲ ਜਤਿੰਦਰ ਸਿੰਘ ਸੋਢੀ, ਗੁਰਜੀਤ ਸਿੰਘ ਡੁੰਮ, ਮੇਵਾ ਸਿੰਘ ਜਗਤਗੜ ਬਾਂਦਰਾ ਆਦਿ ਮੌਜੂਦ ਸਨ। ਮਾਨਸਾ ਤੋਂ ਸੰਨੀ ਮਾਨ, ਮੁਸਾਫਰ ਦੀ ਰਿਪੋਰਟ। ਅੱਜ ਜਿਹੜਾ ਅਸੀਂ ਦੇਖ ਰਹੇ ਹਾਂ, ਇਕੱਲੇ ਸਰਹੰਗੜ ਦਾ ਨਹੀਂ, ਸਾਰੇ ਪੰਜਾਬ ਦੀਆਂ ਮੰਡੀਆਂ ਦਾ ਹਾਲ ਹੈ। ਜੋ ਸਰਕਾਰ ਨੇ ਮੌਜੂਦਾ ਨੇ ਜਿਹੜਾ ਆਪਦੇ ਵੱਡੇ ਵੱਡੇ ਕਲੇਮ ਕਰਦੀ ਹੈ ਵੀ 3 ਦਿਨਾਂ 'ਚ ਸਾਰੀਆਂ ਪੇਮੈਂਟਾਂ ਹੋ ਜਾਣਗੀਆਂ, ਸਾਰੀ ਲਿਫਟਿੰਗ ਹੋ ਜੂਗੀ, ਤਕਰੀਬਨ 1 ਹਫ਼ਤੇ ਤੋਂ ਜ਼ਿਮੀਂਦਾਰ ਇੱਥੇ ਤੰਗ ਹੋਈ ਜਾਂਦੇ ਆ। ਬਾਰਦਾਨੇ ਦੀ ਕੋਈ ਸਪਲਾਈ ਨਹੀਂ, ਬੁਰਾ ਹਾਲ ਹੈ। 6 ਦਿਨਾਂ ਤੋਂ ਸਾਰਿਆਂ ਦੀ ਇੱਥੇ ਕਣਕ ਪਈ ਹੈ। ਨਾ ਇਹਨਾਂ ਨੂੰ ਕਿਤੇ ਐਮਰਜੈਂਸੀ, ਰੱਬ ਨਾ ਕਰੇ ਕੋਈ ਮੀਂਹ ਨੇਰੀ ਆ ਜੇ, ਨਾ ਤਾਂ ਇਹਨੂੰ ਕੋਈ ਦਾਣਾ ਸੰਭਾਲਣ ਦਾ ਕੋਈ ਇੰਤਜ਼ਾਮ ਹੈ, ਨਾ ਕੋਈ ਹੋਰ ਹੈ ਇੱਥੇ ਆਸੇ ਪਾਸੇ, ਨਾ ਇਹਨਾਂ ਨੂੰ ਕਿਤੇ ਕੋਈ ਪਿਸ਼ਾਬ ਕਰਨ ਨੂੰ ਪ੍ਰੋਪਰ ਥਾਂ, ਨਾ ਕਿਤੇ ਖਾਣ ਪੀਣ ਨੂੰ, ਨਾ ਪਾਣੀ ਨੂੰ। ਉਹਦੇ ਕਰਕੇ ਇਹਨਾਂ ਨੂੰ ਬਹੁਤ ਵੱਡੀ ਸਮੱਸਿਆ ਆਈ ਖੜੀ ਹੈਗੀ। ਅਤੇ ਜਿਹੜਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ, ਛੇਤੋ ਛੇਤੀ ਇੱਥੇ ਬਾਰਦਾਨਾ ਸਾਰੇ ਮਹਿਕਮੇ ਭੇਜਣ ਤਾਂ ਕਿ ਇਹਨੇ ਲਿਫਟਿੰਗ ਕਰੇ, ਟਾਈਮ 'ਤੇ ਪੇਮੈਂਟਾਂ ਕਰਨ। ਪੇਮੈਂਟਾਂ ਨਹੀਂ ਇਹਨਾਂ ਦੀਆਂ ਕਿਸੇ ਦੀਆਂ ਆ ਰਹੀਆਂ, ਸਾਰਿਆਂ ਦਾ ਮਾੜਾ ਹਾਲ ਹੈ, ਤਕਰੀਬਨ ਫੇਲ ਹੈ ਸਿਸਟਮ ਸਾਰਾ। ਇੱਥੇ ਕਿਸਾਨਾਂ ਨਾਲ ਹੀ ਖੜੇ ਆ, ਦੇਖ ਲਓ ਇਹਨਾਂ ਦੇ 6-7 ਦਿਨ ਤਾਂ ਇਹਨਾਂ ਦੇ ਹੋ ਗਏ, 7 ਦਿਨਾਂ ਤੋਂ ਇਹ ਬੈਠੇ ਹੈਗੇ, ਆ ਸਾਰੇ ਬੈਠੇ ਹੈਗੇ 6-6 ਦਿਨਾਂ ਤੋਂ, 7-7 ਦਿਨਾਂ ਤੋਂ। ਆਈ ਹੈ ਕਣਕ ਨਹੀਂ ਤੁਲਦੀ, ਹਫ਼ਤਾ ਹੋ ਗਿਆ। ਅੱਛਾ ਜੀ। ਹਾਂ, ਇਹ ਤੂੰ ਵੱਡੀ ਹੁਣ ਕੀ ਹੈ, ਡੰਗਰ ਖਾਈ ਜਾਂਦੇ ਨੇ ਤੇ ਛੋਟੇ ਵੱਡੇ ਰਾਤ ਨੂੰ ਸਾਰੀ ਰਾਤ ਐਂ ਰਹਿਣਾ ਪੈਂਦਾ। ਕੁਛ ਨਹੀਂ ਹੈ ਜੀ, ਸਰਕਾਰ ਦਾ ਕੁਛ ਹੀ ਨਹੀਂ ਹੈ ਇੱਥੇ। ਸਭ ਤੋਂ ਵੱਡੀ ਤਾਂ ਜੀ ਵਾਰਦਾਨੇ ਦੀ, ਲਿਫਟਿੰਗ ਦੀ, ਇਹ ਸਭ ਤੋਂ ਵੱਡੀ ਸਾਰੇ ਕਿਸਾਨਾਂ ਨੂੰ ਆ ਰਹੀ ਹੈ। ਜਿੰਨੇ ਵੀ ਕੋਈ ਪਿੰਡਾਂ 'ਚੋਂ ਆ ਜੇ ਉਹਨਾਂ ਨੂੰ ਕੋਈ ਪ੍ਰਸ਼ਾਦੇ ਪਾਣੀ ਕਦੇ ਵੀ ਉਹ ਦੁਖੀ ਨੇ, ਕਿਉਂਕਿ 8-8 ਦਿਨ ਉਹਨਾਂ ਨੂੰ ਬੈਠਿਆਂ ਨੂੰ ਹੋ ਗਏ ਅਤੇ ਬਹੁਤ ਜ਼ਿਆਦਾ ਮਤਲਬ ਵਾਰਦਾਨੇ ਦੀ ਬਹੁਤ ਜ਼ਿਆਦਾ ਦਿੱਕਤ।